गुरुद्वारे से जी सिख प्लेटा के मित्रों प्रसाद किया जलंगर किया उन्होंने प्रति की बहुत शर्मनाक गल है मैं भी यहाँ पता लगे असं बिल्कुल इस गल मैं चिट्ठी लिखांगी अपने एक्सटर्नल अफेयर मिनिस्टर न कि पाकिस्तान की सरकार के नाम टेका किया जाए साजीपीसी भी शर्म की गल कि एक पास तो सिखा की गल करते ने उत्थे सुंदरीकरण करके किस तरह उत्थे सिगरट की प्लेटा सिगरट के डब्बे बनाई हुई प्लेटा जो लंगर छकाया जा रहा है ਇਹਦੇ ਨਾਲ ਸਿੱਖਾਂ ਦੀ ਭਾਵਨਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਤੇ ਮੈਂ ਇਮਰਾਨ ਖਾਨ ਨੂੰ ਉਮੀਦ ਕਰਦੀ ਹਾਂ ਕਿ ਕਿਸੇ ਵੀ ਧਰਮ ਨੂੰ ਇਸ ਤਰ੍ਹਾਂ ਦਾ ਠੇਸ ਪਹੁੰਚਾਉਣਾ ਇਹ ਬਹੁਤ ਵੱਡਾ ਇੱਕ ਪਾਪ ਹੈਗਾ ਹੁੰਦਰ ਸਾਹਿਬ ਨੇ ਕਿਹਾ ਕਿ ਉੱਥੇ ਜਲਾਲਾਬਾਦ ਤੋਂ ਇਲੈਕਸ਼ਨ ਹੀ ਲੜਨ ਦੇ ਸਬੂਤ ਜੀ ਕੀ ਮਤਲਬ ਹੋਗਾ ਕਿ ਰਸ਼ਨ ਕੇ ਜਲਾਲਾ ਹੈ ਕੱਲ ਦੇ ਬਿਆਨ ਜੀ ਸੀ ਪੰਜਾਬ ਸਾਹਿਬ ਦੇ ਇਮਰਾਨ ਹੈ ਸੁਬੀਰ ਜੀ ਨੇ ਖੁਦ ਪ੍ਰਧਾਨ ਸਾਹਿਬ ਨੇ ਐਲਾਨ ਕੀਤਾ ਕਿ ਜਲਾਲਾਬਾਦ ਨੂੰ ਮੇਰੇ ਤੋਂ ਪ੍ਰਧਾਨ ਸਾਹਿਬ ਨੇ ਜਲਾਲਾਬਾਦ ਨੇ ਅਗਲਾ ਮੁੱਖ ਮੰਤਰੀ ਬਣਾਉਣਾ ਹੈ ਪੰਜਾਬ ਦਾ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆਪਣੇ ਚਹੇਤੇ ਮੰਤਰੀਆਂ ਨੂੰ ਲਗਾਤਾਰ ਅਪਾਇੰਟ ਕਰ ਰਹੀ ਹੈ ਕੀ ਲੱਗਦਾ ਹੈ ਕੋਈ ਸਾਜ਼ਿਸ਼ ਦੇ ਤਹਿਤ ਬਾਦਲ ਪਰਿਵਾਰ ਜਾਂ ਮਜੀਠੀਆ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕਾਰਵਾਈ ਦੇ ਲਈ ਲਪੇਟਣ ਦੇ ਕਾਰਨ ਹੋ ਸਕਦਾ ਹੈ ਦੇਖੋ ਪੰਜਾਬ ਦੀ ਸਰਕਾਰ ਭਾਵੇਂ ਕੈਪਟਨ ਦੀ ਹੋਵੇ ਭਾਵੇਂ ਚੰਨੀ ਦੀ ਹੋਵੇ ਆਪਣੇ ਹਰ ਵਾਅਦੇ ਤੋਂ ਬਿਲਕੁਲ ਫੇਲ ਹੋ ਗਈ ਹੈ ਨਾ ਚੰਨੀ ਡਿਲੀਵਰ ਕਰ ਸਕਿਆ ਤਾਂ ਨਾ ਕੈਪਟਨ ਡਿਲੀਵਰ ਕਰ ਸਕਿਆ ਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇੱਕ ਵਾਰ ਫੇਰ ਮਜੀਠੀਆ ਫੜੋ ਤੇ ਬਾਦਲ ਫੜੋ ਜਿਹਦੇ ਕਰਕੇ ਇੱਕ ਅਫਸਰ ਤੋਂ ਬਾਅਦ ਦੂਜੇ ਅਫਸਰ ਦੀ ਬਦਲੀ ਹੋ ਰਹੀ ਹੈ ਤਬਾਦਲਾ ਹੋ ਰਿਹਾ ਉਹਨਾਂ ਨੂੰ ਲਾਲਚਾਂ ਦਿੱਤੀਆਂ ਜਾ ਰਹੀਆਂ ਨੇ ਪ੍ਰੋਮੋਸ਼ਨ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਜ਼ੋਰ ਤੇ ਜ਼ਬਰ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਜੀਠੀਆ ਨੂੰ ਜਾਂ ਬਾਦਲ ਨੂੰ ਅੰਦਰ ਧੱਕੋ ਤਾਂ ਕਿ ਅਸੀਂ ਸਿਰਫ ਇਹਦੀ ਚਰਚਾ ਕਰ ਸਕੀਏ ਲੇਕਿਨ ਪਰਮਾਤਮਾ ਹਮੇਸ਼ਾ ਸੱਚ ਦੇ ਨਾਲ ਖੜਦਾ ਹੈਗਾ ਗੁਰੂ ਦੀ ਕਿਰਪਾ ਨਾਲ 5 ਸਾਲ ਜੇ ਸਾਡਾ ਬਾਲ ਵੀ ਨਹੀਂ ਵਿੰਗਾ ਕਰ ਸਕੇ ਨੇ ਕਿਉਂਕਿ ਸੱਚਾਈ ਸਾਡੇ ਨਾਲ ਖੜੀ ਸੀ ਇਹਨਾਂ ਦੇ ਝੂਠੇ ਇਲਜ਼ਾਮ ਝੂਠੀ ਸੌ ਝੂਠੇ ਲਾਰੇ ਤੇ ਸਾਡੇ ਉੱਤੇ ਡਾਏ ਹੋਏ ਦੁਸ਼ਟ ਪ੍ਰਚਾਰ ਰੱਬ ਦੇ ਸਾਹਮਣੇ ਸਾਰਾ ਕੁਝ ਹੈਗਾ ਤੇ ਰੱਬ ਇਹਨਾਂ ਨੂੰ ਇਹਦਾ ਸਬਕ ਜ਼ਰੂਰ ਸਿਖਾ